ਏਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ ਲਈ ਚੱਲਦੇ ਹਾਂ ਪਟਿਆਲੇ। ਦੋਸਤੋ ਜੇ ਪਟਿਆਲੇ ਦੇ ਪੂਰੇ ਨੇ ਨਜ਼ਰ ਮਾਰੀਏ ਤਾਂ ਕਿਤੇ ਨਾ ਕਿਤੇ ਵਾਰਦਾਤਾਂ ਜਿਹੜੀਆਂ ਨੇ ਚੋਰੀ ਦੀਆਂ ਵਾਰਦਾਤਾਂ ਉਹ ਥੰਮਣ ਦਾ ਨਾਮ ਨਹੀਂ ਲੈ ਰਹੀਆਂ। ਔਰ ਜੇ ਆਪਾਂ ਰਾਜਪੁਰਾ ਰੋਡ ਦੀ ਗੱਲ ਕਰੀਏ ਤੇ ਰਾਜਪੁਰਾ ਰੋਡ ਤੇ ਪਿਛਲੇ ਦਿਨ ਇੱਕ ਪੈਟਰੋਲ ਪੰਪ ਤੇ ਵਾਰਦਾਤ ਹੋਈ ਸੀ। ਅੱਜ ਜੇ ਇਸ ਖਬਰ ਦੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਉਹ ਵੀ ਉਸ ਏਰੀਏ ਦੀ ਹੀ ਖਬਰ ਹੈ। ਇੱਕ ਘਰ ਦੇ ਵਿੱਚ ਚੋਰਾਂ ਦੀ ਹੁੰਦੀ ਹੈ ਐਂਟਰੀ ਔਰ 40 ਤੋਲੇ ਦੇ ਕਰੀਬ ਸੋਨਾ ਜਿਹੜਾ ਉਹ ਲੁੱਟ ਕੇ ਫਰਾਰ ਹੋ ਜਾਂਦੇ ਨੇ। ਹੋਰ ਕੀ ਲੈ ਕੇ ਜਾਂਦੇ ਨੇ ਔਰ ਪੂਰੀ ਖਬਰ ਦੇਣ ਵਾਸਤੇ ਪਟਿਆਲੇ ਤੋਂ ਸਾਡੇ ਪੱਤਰਕਾਰ ਚਰਨਜੀਤ ਸਿੰਘ ਕੋਹਲੀ ਸਾਹਿਬ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਅਪਡੇਟ। ਕੋਹਲੀ ਜੀ, ਇਸ ਖਬਰ ਨੂੰ ਲੈ ਕੇ ਕੀ ਅਪਡੇਟ ਹੈ ਤੁਹਾਡੇ ਕੋਲ? ਹਾਂਜੀ, ਕੱਲ ਰਾਤ ਰਾਜਪੁਰਾ ਰੋਡ ਦੇ ਸਥਿਤ ਕੋਹਲੀ ਪਿੰਡ ਦੇ ਵਿੱਚ ਦੇ ਨਾਲ ਆਲਮਪੁਰ ਪੈਂਦਾ ਜੀ। ਇੱਥੇ ਮੈਂ ਤੁਹਾਨੂੰ ਦੱਸਦਾ ਕਿ ਇਹ ਵਾਰਦਾਤਾਂ ਇੱਕ ਰਾਤ ਵਿੱਚ ਦੋ ਵਾਰਦਾਤਾਂ ਹੋਈਆਂ ਜਿਹਦੇ ਵਿੱਚ ਚੋਰਾਂ ਨੇ 40-45 ਕਿਲੋ ਤੋਲੇ ਸੋਨਾ ਚੋਰੀ ਕੀਤਾ ਜੀ। ਜੀ ਜੀ। ਔਰ ਇਹ ਜਿਹੜੀਆਂ ਵਾਰਦਾਤਾਂ ਹੋਈਆਂ ਹੋਣ ਦਾ ਕਾਰਨ ਕੀ ਹੈ ਕਿ ਪੁਲਿਸ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਉਣ ਵਿੱਚ ਕਿਤੇ ਨਾ ਕਿਤੇ ਪਿੱਛੇ ਰਹਿ ਰਹੀ ਹੈ? ਬਿਲਕੁਲ ਦੇਖੋ, CMCT ਹੋਣ ਦੇ ਕਾਰਨ ਸਿਕਿਉਰਿਟੀ ਦੇ ਲਿਹਾਜ਼ ਨਾਲ ਇਹ ਪੁਲਿਸ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ, ਕਿਉਂਕਿ ਕੁਝ ਦਿਨ ਪਹਿਲਾਂ ਹੀ ਇਸ ਰੋਡ ਦੇ ਉੱਤੇ ਬਹੁਤ ਤਕੜਾ ਇੱਕ ਕਾਂਡ ਹੋਇਆ ਜਿਸ ਵਿੱਚ ਪੈਟਰੋਲ ਪੰਪ ਦੀ ਲੁੱਟ ਦੇ ਦੌਰਾਨ ਦੋ ਵਿਅਕਤੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਚਲੋ ਉਸ ਵਿੱਚ ਵੀ ਪਕੜੇ ਗਏ ਸੀ, ਆਰੋਪੀ ਪਕੜੇ ਗਏ, ਪਰ ਇਹ ਚੋਰੀ ਦੀਆਂ ਵਾਰਦਾਤਾਂ ਹੋਣਾ ਜਾਂ ਇਸ ਤਰ੍ਹਾਂ ਦੇ ਘਟਨਾਕ੍ਰਮ ਨੂੰ ਦੇਣਾ CMCT ਵਿੱਚ ਹੋਣਾ ਬਹੁਤ ਵੱਡੀ ਇੱਕ ਪੁਲਿਸ ਉੱਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਜੀ। ਕੋਹਲੀ ਸਾਹਿਬ, PCR ਦੀ ਮੇਨ ਡਿਊਟੀ ਬਣਦੀ ਹੈ ਕਿਉਂਕਿ ਗਸ਼ਤ ਕਰਨਾ, ਘੁੰਮਣਾ ਫਿਰਨਾ, ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਵੀ ਮਤਲਬ ਜੇ PCR ਪੂਰੀ ਡਿਊਟੀ ਨੂੰ ਮੁਸ਼ਤੈਦੀ ਨਾਲ ਕਰਦੇ ਨੇ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਹੋ ਰਹੀਆਂ ਨੇ? ਪਿੰਡ ਦੇ ਵਿੱਚ ਹਾਈਵੇ ਹੋਣ ਕਰਕੇ PCR ਤਾਂ ਆਪਣੀ ਡਿਊਟੀ ਨਿਭਾਈ ਰਿਹਾ, ਪਰ ਜਿੱਥੇ ਕਿ ਆਪਾਂ ਕਹੀਏ ਕਿ ਥਾਣੇ ਨਾਲ ਸੰਬੰਧਿਤ ਕੰਮ ਹੈ ਕਿ ਪੁਲਿਸ ਮੌਕੇ ਤੇ ਵੀ ਨਹੀਂ ਪਹੁੰਚ ਸਕੀ। ਰਾਤ ਦੀ ਵਾਰਦਾਤ ਨੂੰ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ PCR ਤੇ ਤਾਂ ਆਪਾਂ ਗੱਲ ਤਾਂ ਉਠਾਈਏ ਕਿ ਪੁਲਿਸ ਜਿਹੜੀ ਮੌਕੇ ਮੌਜੂਦ ਪੁਲਿਸ ਹੈ ਉਹ ਵੀ ਮੌਕੇ ਤੇ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕਰ ਰਹੀ। ਕੋਹਲੀ ਸਾਹਿਬ, ਆਲਮਪੁਰ ਨੂੰ ਕਿਹੜਾ ਥਾਣਾ ਪੈਂਦਾ ਸੀ? ਉਸ ਮੁਖੀ ਨੇ ਗੱਲ ਕੀਤੀ ਸੀ, ਬਹਾਦਰਗੜ੍ਹ ਚੌਂਕੀ ਪੈਂਦੀ ਹੈ ਜੀ, ਦੋਨਾਂ ਆਲਮਪੁਰ ਨੂੰ ਵੀ ਕੋਹਲੀ ਪਿੰਡ ਨੂੰ ਵੀ ਜੀ। ਔਰ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਵੀ ਦੇਖੋ ਇੱਕ ਤਾਂ ਉਹਨਾਂ ਦਾ ਇੰਨਾ ਨੁਕਸਾਨ ਹੋ ਗਿਆ, ਦੂਜੇ ਪੁਲਿਸ ਨੂੰ ਹੀ ਦੱਸਣਾ ਹੁੰਦਾ ਜਦੋਂ ਚੋਰੀ ਹੋ ਜਾਵੇ ਜਾਂ ਕੋਈ ਵੀ ਕੁਛ ਵਾਰਦਾਤ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਪੁਲਿਸ ਕੋਲ ਜਾਂਦੀ ਹੈ ਕਿ ਤੁਸੀਂ ਇਨਫੋਰਮੇਸ਼ਨ ਤੋਂ ਬਾਅਦ ਇੰਨੀ ਦੇਰ ਆਏ ਹੋ, ਬਾਅਦ ਆਏ ਹੋ, ਮਤਲਬ ਕੁਛ ਨਾ ਕੁਛ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ? ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਆਲਮਪੁਰ ਦੀ ਘਟਨਾ ਹੈ ਉਹਦੇ ਵਿੱਚ ਤਾਂ ਪੁਲਿਸ ਨੇ 2:30 ਰਾਤ ਦੀ ਇਹ ਘਟਨਾ ਹੈ, ਪੁਲਿਸ ਨੂੰ 6 ਵਜੇ ਇਨਫੋਰਮੇਸ਼ਨ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਪੁਲਿਸ 10 ਵਜੇ ਜਾਂਦੀ ਹੈ, 4 ਘੰਟੇ ਬਾਅਦ ਜਾਂਦੀ ਹੈ। ਹਾਂਜੀ, ਤੇ ਉਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੋਹਲੀ ਪਿੰਡ ਵਾਲਿਆਂ ਨੇ ਤਾਂ ਫਿਲਹਾਲ ਸਰਪੰਚ ਦੇ ਥਰੂ ਪੁਲਿਸ ਨੂੰ ਇਹ ਘਟਨਾ ਦੀ ਜਾਣਕਾਰੀ ਦਿੱਤੀ ਹੈ ਜੀ, ਉਹਦੇ ਵਿੱਚ ਹਜੇ ਤੱਕ ਇਹਨਾਂ ਨੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅਜੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਜੀ। ਅੱਛਾ, ਜਿਨ੍ਹਾਂ ਦੇ ਘਰ ਇਹ ਚੋਰੀ ਹੋਈ ਆ, ਵਾਰਦਾਤ ਹੋਈ ਆ, ਉਹਨਾਂ ਨੇ ਮਤਲਬ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਵੀ ਕਿੰਨੇ ਵਜੇ ਮਤਲਬ ਉਹ ਸੁੱਤੇ ਨੇ ਜਾਂ ਕਦੋਂ ਇਹ ਸਾਰਾ ਕੁਝ ਹੋਣ ਦੀ ਸੰਭਾਵਨਾ? ਰਾਤ ਦੀ 2:30 ਦੀ ਘਟਨਾ ਹੈ, ਗਰਮੀ ਕਰਕੇ ਪਿੰਡਾਂ 'ਚ ਤੁਹਾਨੂੰ ਪਤਾ ਮਾਹੌਲ, ਇਹ ਛੱਤਾਂ 'ਤੇ ਹੀ ਸੁੱਤੇ ਪਏ ਸਨ, ਇਹਨਾਂ ਨੂੰ ਨਹੀਂ ਪਤਾ ਲੱਗਿਆ ਚੋਰੀ ਦਾ ਟਾਈਮ, ਐਗਜੈਕਟ ਨਹੀਂ, ਪਰ 2:30 ਦੇ ਟਾਈਮ ਇਹ ਚੋਰੀ ਹੋਈ ਹੈ। ਔਰ ਦੋਸਤੋ, ਕੋਹਲੀ ਸਾਹਿਬ ਨੇ ਅਲੱਗ ਅਲੱਗ ਲੋਕਾਂ ਨਾਲ ਗੱਲਬਾਤ ਕੀਤੀ ਹੈ, ਕੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ ਵੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਪ੍ਰੀਤ ਸਿੰਘ ਜੀ। ਕਿਹੜਾ ਏਰੀਆ ਪੈਂਦਾ ਜੀ? ਕੀ ਪਿੰਡ ਆਲਮਪੁਰ ਜੀ। ਕੀ ਹੋਇਆ ਜੀ ਉਰੇ? ਇੱਥੇ ਉਰੇ ਰਾਤ ਚੋਰੀ ਹੋ ਗਈ, ਅਸੀਂ ਜੋ ਸਵੇਰੇ ਉੱਠੇ ਹਾਂ ਸਾਨੂੰ ਉਦੋਂ ਪਤਾ ਲੱਗਿਆ, 11 ਵਜੇ ਅਸੀਂ ਸੁੱਤੇ ਹਾਂ ਅਤੇ ਸਵੇਰੇ 4 ਵਜੇ ਫਾਦਰ ਸਾਹਿਬ ਕੋਠੇ ਤੋਂ ਆਏ ਨੇ, ਉਹਨਾਂ ਨੇ ਦੇਖਿਆ ਵੀ ਚੋਰੀ ਹੋਈ ਹੋਈ ਹੈ। ਕਿੰਨੀ ਕੁ ਚੋਰੀ ਹੋਈ ਹੈ ਅਤੇ ਘਰ ਦੇ ਵਿੱਚ ਕੌਣ ਕੌਣ ਸੀਗਾ, ਕੀ ਸਮਾਨ ਚੋਰੀ ਹੋਇਆ? ਘਰ ਦੇ ਵਿੱਚ ਮੈਂ, ਮੇਰੇ ਘਰ ਦੀ ਮਾਤਾ ਜੀ ਅਤੇ ਫਾਦਰ ਸਾਹਿਬ ਦਾਦਾ ਜੀ ਉਹਨੇ, ਅਸੀਂ ਥੱਲੇ ਸੁੱਤੇ ਸੀਗੇ, ਫਾਦਰ ਸਾਹਿਬ ਅਤੇ ਬਾਪੂ ਜੀ ਉੱਪਰ ਸੁੱਤੇ ਸਨ, ਅਤੇ ਕੋਈ 45 ਤੋਲੇ ਸੋਨਾ ਸੀਗਾ ਔਰ ਥੋੜ੍ਹੇ ਬਹੁਤ ਪੈਸੇ ਸਨ। ਕਿੰਨੇ ਕੈਸ਼ ਵਗੈਰਾ? ਕੈਸ਼ ਹੋਣੀ ਮੇਰੇ 50,000 ਰੁਪਇਆ। ਅਤੇ ਕਿਸੇ ਸ਼ੱਕ ਵਗੈਰਾ ਤੁਹਾਨੂੰ ਕੀ ਲੱਗਦਾ ਕਿੱਥੋਂ ਆਏ ਸੀ, ਕਿਵੇਂ ਪਤਾ ਲੱਗਿਆ ਕਿ ਇੱਧਰੋਂ ਆਏ, ਕਿ ਲੋਕ ਲੁੱਟ ਰਹੇ ਸੀਗਾ? ਹਜੇ ਇਸ ਚੀਜ਼ ਦਾ ਕੋਈ ਪਤਾ ਨਹੀਂ, ਫਰੰਟ ਵਾਲੇ ਗੇਟ ਤੋਂ ਆਏ ਨੇ, ਇਸ ਕਮਰੇ ਦੇ ਵਿੱਚ ਵੀ ਇੱਕ ਗੇਟ ਸੀਗਾ ਉਹਦਾ ਹੀ ਉਹਨਾਂ ਨੇ ਕੁੰਡੀ ਖੋਲ੍ਹ ਕੇ ਰੱਖੀ, ਸ਼ਾਇਦ ਭੱਜਣ ਭੁੱਜਣ ਦੀ ਤਿਆਰੀ ਦੇ ਵਿੱਚ ਰਹੇ ਨੇ ਉਹ, ਅਤੇ ਇਹ ਇੱਕ ਅਲਮਾਰੀ ਇਸ ਕਮਰੇ 'ਚ ਆ, ਇੱਕ ਦੂਸਰੇ ਕਮਰੇ 'ਚ ਆ, ਔਰ ਦੋਵਾਂ ਅਲਮਾਰੀਆਂ ਦਾ ਲੈ ਗਏ ਸਭ। ਮੌਕੇ 'ਤੇ ਪੁਲਿਸ ਵਗੈਰਾ ਨੇ ਇਨਫੋਰਮੇਸ਼ਨ ਕੀਤੀ ਪੁਲਿਸ ਵਗੈਰਾ? ਹਾਂਜੀ, ਅਸੀਂ ਫੋਨ ਕਰਤਾ ਸੀਗਾ ਪੁਲਿਸ ਨੂੰ, ਦੇਖਦੇ ਹਾਂ ਸਰ, ਔਰ ਉੱਥੋਂ ਮੁਲਾਜ਼ਮ ਆਏ ਸੀਗੇ ਉਹ ਮੌਕਾ ਦੇ ਗਏ ਸਾਨੂੰ, ਵੀਰੇ 4 ਵਜੇ ਪਤਾ ਲੱਗਿਆ ਜੀ।
ਤੇ ਪੁਲਿਸ ਨੂੰ ਕਿੰਨੇ ਵਜੇ ਫੋਨ ਕੀਤਾ ਤੁਸੀਂ? ਅਸੀਂ 4:15 ਦੇ ਵਿੱਚ ਕੀਤਾ ਜੀ। ਤੇ ਹੁੰਦਾ ਕੋਈ ਪੁਲਿਸ ਵੱਲੋਂ ਕੋਈ ਡੋਸ ਕੋਡ ਜਾਂ ਕੋਈ ਫਿੰਗਰਪ੍ਰਿੰਟ ਵਾਲੇ ਕੋਈ ਭੇਜੇ ਗਏ? ਨਹੀਂ ਜੀ, ਕੋਈ ਨਹੀਂ ਭੇਜੇ ਸਰ। ਹੋਈ ਗਏ 4-5 ਘੰਟੇ ਹੋ ਗਏ ਜੀ। 4-5 ਘੰਟੇ ਹੋ ਗਏ, ਕੋਈ ਡੋਸ ਕੋਡ ਜਾਂ ਪੁਲਿਸ ਵਾਲਾ? ਪੁਲਿਸ ਵਾਲੇ ਇੱਕ ਵਾਰੀ ਆਏ ਸਨ, ਮੌਕਾ ਦੇਖ ਕੇ ਚਲੇ ਗਏ ਨੇ ਜੀ, ਉਸ ਤੋਂ ਬਾਅਦ ਕੋਈ ਨਹੀਂ ਆਇਆ ਸਰ। ਕੋਈ ਇੰਚਾਰਜ ਵੀ ਰਿਹਾ ਸੀਗਾ ਪੁਲਿਸ ਦਾ, ਕੌਣ ਆਇਆ? ਨਹੀਂ ਸਰ, ਦੂਸਰੇ ਜਾਣੇ ਜੀ, ਪਤਾ ਨਹੀਂ ਮੈਨੂੰ। ਮੈਂ ਉਦੋਂ ਬਾਹਰ ਕੈਮਰੇ ਦੇਖਣ ਗਿਆ ਹੋਇਆ ਸੀਗਾ, ਇੱਕ ਦੋ ਘਰਾਂ ਦੇ ਵਿੱਚ ਕੈਮਰੇ ਲੱਗੇ ਹੋਏ ਨੇ। ਕਿਸੇ ਪਿੰਡ 'ਚ ਹੋਰ ਵੀ ਕਿਤੇ ਚੋਰੀ ਹੋਈ ਹੈ? ਹਾਂਜੀ, ਪਿੰਡ ਦੇ ਵਿੱਚ ਇੱਕ ਚੋਰੀ ਹੋਰ ਹੋਈ ਹੈ ਜੀ, ਉਹਨਾਂ ਦੇ ਘਰ ਵੀ ਇਸੇ ਤਰ੍ਹਾਂ ਖਿਲਾਰਾ ਪਾਇਆ ਹੋਇਆ, ਅਤੇ ਇੱਕ ਨਾਲ ਦੇ ਪਿੰਡ ਦੇ ਵਿੱਚ ਹੋਈ ਹੋਈ ਹੈ। ਉਹ ਸਵੇਰੇ ਹੁਣ ਮੈਨੂੰ ਫੋਨ 'ਤੇ ਪਤਾ ਲੱਗਿਆ ਵੀ ਨਾਲ ਦੇ ਪਿੰਡ 'ਚ ਵੀ ਚੋਰੀ ਹੋਈ। ਹਾਂ ਸਰ, ਦੱਸ ਦਿਓ ਕਿਹੜੀ ਜਗ੍ਹਾ ਚੋਰੀ ਹੋਈ ਹੈ, ਕੀ ਉਹਨਾਂ ਨੇ ਲਿਖਾਇਆ ਕਿ ਨਹੀਂ ਚੋਰੀ? ਹਾਂਜੀ, ਸਵੇਰੇ ਇੱਕ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਵੀ ਪਿੰਡ ਆਲਮਪੁਰ ਦੇ ਵਿੱਚ ਚੋਰੀ ਹੋਈ ਹੈ, ਅਤੇ ਮੈਂ ਤੁਰੰਤ ਮੌਕੇ 'ਤੇ ਪਹੁੰਚ ਗਿਆ ਸੀ ਇੱਥੇ। ਇੱਥੇ ਘਰ ਦਾ ਪਤਾ ਕੀਤਾ ਵੀ ਇਹਨਾਂ ਜੀ ਅਲਮਾਰੀ ਵਗੈਰਾ 'ਚ ਖੁੱਲ੍ਹੀ ਪਈ ਸੀ, ਉਹ ਚਾਬੀਆਂ ਉੱਪਰ ਸੀਗੀਆਂ, ਅਤੇ ਕਰੀਬ ਕਹਿੰਦੇ 35-40 ਤੋਲੇ ਸੋਨਾ ਲੈ ਗਏ, ਫਿੰਗਰਪ੍ਰਿੰਟ ਮੰਗਾਏ ਆ, ਕੈਸ਼ ਦੀ ਇਹਨਾਂ ਨੇ ਕੈਸ਼ ਨਹੀਂ ਲੈ ਗਏ ਜੀ, ਅਤੇ ਸਿਰਫ ਫਿੰਗਰਪ੍ਰਿੰਟ ਮੰਗਾਏ ਆ। ਤਫਤੀਸ਼ ਹੈ, ਫਰਦਰ ਜਿਹੜੀ ਕਾਰਵਾਈ ਹੋਊ ਅੱਗੇ ਮੁਕੱਦਮਾ ਰਜਿਸਟਰ ਕਰ ਰਹੇ ਹਾਂ। ਹਾਂ, ਉਹਦੇ ਕੌਲੀ ਪਿੰਡ 'ਚ ਵੀ ਚੋਰੀ ਹੋਈ ਹੈ ਜੀ, ਉੱਥੇ ਵੀ 50,000 ਰੁਪਇਆ ਕੈਸ਼ ਅਤੇ 3-4 ਤੋਲੇ ਸੋਨੇ ਦੇ ਲੈ ਗਏ। ਇਸ ਪਿੰਡ 'ਚ ਵੀ 2 ਚੋਰੀਆਂ ਹੋਈਆਂ? ਦੂਸਰੀ ਚੋਰੀ ਬਾਰੇ ਸਾਡੇ ਕੋਲ ਇੰਟੀਮੇਸ਼ਨ ਨਹੀਂ ਆਈ ਜੀ। ਸੋ ਦੋਸਤੋ, ਮੈਂ ਦੱਸਣਾ ਚਾਹੁੰਦਾ ਕਿ ਚਰਨਜੀਤ ਸਿੰਘ ਕੋਹਲੀ ਹੋਰੀ ਇਹ ਸਾਨੂੰ ਖਬਰ ਦੇ ਰਹੇ ਸਨ ਕਿ ਇੰਨੀ ਵੱਡੀ ਵਾਰਦਾਤ ਹੋਣ ਦੇ 40 ਤੋਲੇ ਦੇ ਕਰੀਬ ਸੋਨਾ ਘਰ 'ਚੋਂ ਲੁੱਟ ਕੇ ਲੈ ਜਾਣਾ, ਔਰ ਜਦੋਂ ਉਸ ਦੀ ਸ਼ਿਕਾਇਤ ਜਿਹੜੀ ਪੁਲਿਸ ਤੱਕ ਸਵੇਰੇ 6 ਵਜੇ ਪਹੁੰਚਦੀ ਹੈ ਔਰ ਪੁਲਿਸ ਦੀ ਐਂਟਰੀ ਹੁੰਦੀ ਹੈ 4 ਘੰਟੇ ਬਾਅਦ, ਮਤਲਬ 10 ਵਜੇ ਪੁਲਿਸ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਦੀ ਹੈ, ਮਤਲਬ 4 ਘੰਟੇ ਦਾ ਜਿਹੜਾ ਵਕਫਾ ਇੰਨਾ ਲੰਬਾ ਸਮਾਂ ਨਹੀਂ ਹੋਣਾ ਚਾਹੀਦਾ। ਜਦਕਿ ਜੇ ਕੌਲੀ ਤੋਂ ਔਰ ਆਲਮਪੁਰ ਤੋਂ ਬਹਾਦਰਗੜ੍ਹ ਦਾ ਡਿਸਟੈਂਸ ਆਪਾਂ ਨਾਪੀਏ ਤਾਂ ਬਹੁਤ ਘੱਟ ਫਰਕ ਹੈ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟਸ ਜਦੋਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।